ਡਾਕਟਰ ਨਰਿੰਦਰ ਸਿੰਘ ਦੀ ਪੂਰਤੀ ਦੀ ਪੁਸਤਕ ਬੁਨਿਆਦਾਂ ਦਾ ਲੇਖ ਹੈ ਸਿਕੰਦਰ ਮਹਾਨ ਮਹਾਨ ਵਿਅਕਤੀ ਜਨਮ ਨਹੀਂ ਲੈਂਦੇ ਪ੍ਰਗਟ ਹੁੰਦੇ ਹਨ ਤਾਂ ਕਿ ਸੰਸਾਰ ਉਹਨਾਂ ਨੂੰ ਵੇਖ ਲਵੇ ਸਮਝ ਲਵੇ ਤੇ ਜਾਣ ਜਾਏ ਕਿ ਇੱਕ ਵਿਅਕਤੀ ਆਪਣੇ ਸੰਖੇਪ ਜੀਵਨ ਚ ਕਿੰਨਾ ਕੁਝ ਨਵਾਂ ਤੇ ਨਿਆਰਾ ਸੰਭਵ ਕਰ ਬਖੌਂਦਾ ਹੈ ਸੰਸਾਰ ਚ ਸਿਕੰਦਰ ਪਹਿਲਾ ਵਿਅਕਤੀ ਸੀ ਮਹਾਨ ਜਿਹਦੇ ਨਾਮ ਦਾ ਭਾਗ ਬਣਿਆ ਉਹਦਾ ਨਾਮ ਸਾਰੇ ਸੰਸਾਰ ਚ ਪ੍ਰਸਿੱਧ ਹੈ ਸਿਕੰਦਰ ਦੇ ਆਪਣੇ ਜ਼ਮਾਨੇ 'ਚ ਜਿੱਤ ਦੇ ਅਰਥ ਸਿਕੰਦਰ ਹੋ ਗਏ ਸਨ ਤੇ ਜਿਹੜਾ ਵੀ ਜਿੱਤਦਾ ਸੀ ਉਹਨੂੰ ਸਿਕੰਦਰ ਕਿਹਾ ਜਾਣ ਲੱਗ ਪੈਂਦਾ ਸੀ ਸਿਕੰਦਰ ਯੂਨਾਨ ਦੀ ਕਿਰਿਆਸਤ ਮਕਦੂਨੀਆ ਦੇ ਰਾਜੇ ਫਿਲਪ ਦਾ ਪੁੱਤਰ ਸੀ ਉਹ 12 ਸਾਲ ਦਾ ਸੀ ਜਦੋਂ ਉਸ ਵੱਲੋਂ ਇੱਕ ਜੰਗਲੀ ਅਥਰਾ ਘੋੜਾ ਸਾਧਨ ਤੇ ਪਿਤਾ ਨੇ ਕਿਹਾ ਸੀ ਮੇਰਾ ਰਾਜ ਤੇਰੇ ਲਈ ਸੌੜਾ ਹੈ ਤੂੰ ਆਪਣੇ ਮੇਚ ਦੀ ਸਲਤਨਤ ਲੱਭ ਸਿਕੰਦਰ 3 ਸਾਲ ਰਸਤੂ ਦਾ ਵਿਦਿਆਰਥੀ ਰਿਹਾ ਸਿਕੰਦਰ ਦਾ ਪਿਤਾ ਫਿਲਪ ਸਿਕੰਦਰ ਦੀ ਭੈਣ ਦੇ ਵਿਆਹ ਦੇ ਜਲੂਸ ਵਿੱਚ ਇੱਕ ਦਰਬਾਰੀ ਦੇ ਹੱਥੋਂ ਧੋਖੇ ਨਾਲ ਮਾਰਿਆ ਗਿਆ ਸੀ ਪਿਤਾ ਦੀ ਮੌਤ ਤੋਂ ਪ੍ਰੰਤ ਹੋਈ ਬਗਾਵਤ ਨੂੰ ਸਿਕੰਦਰ ਨੇ ਜਿਸ ਦਲੇਰੀ ਨਾਲ ਕੁਚਲਿਆ ਉਸ ਨਾਲ ਉਹਦੀ ਬਹਾਦਰੀ ਦੇ ਰੰਗ ਪ੍ਰਗਟ ਹੋ ਗਏ ਸਨ ਬਚਪਨ ਵਿੱਚ ਇੱਕ ਵਾਰੀ ਪ੍ਰਸਿੱਧ ਯੂਨਾਨੀ ਕਵੀ ਹੋਮਰ ਦੀ ਕਬਰ ਤੇ ਸਜਦਾ ਕਰਦਿਆਂ ਸਿਕੰਦਰ ਨੇ ਸਾਰੇ ਸੰਸਾਰ ਨੂੰ ਫਤਿਹ ਕਰਨ ਦਾ ਸੁਪਨਾ ਵੇਖਿਆ ਸੀ ਲਗਭਗ 2.5 ਹਜ਼ਾਰ ਸਾਲ ਪਹਿਲਾਂ ਮਕਦੋਨੀਆ ਦਾ ਰਾਜ ਪ੍ਰਬੰਧ ਅਹਿਲਕਾਰਾਂ ਨੂੰ ਤੇ ਆਪਣੀ ਮਾਂ ਨੂੰ ਸੌਂਪ ਕੇ 19 ਸਾਲ ਦਾ ਸਿਕੰਦਰ ਸੰਸਾਰ ਜਿੱਤਣ ਦੇ ਸੁਪਨੇ ਨੂੰ ਸੱਚ ਸਾਬਤ ਕਰਨ ਵਾਸਤੇ ਚੱਲਿਆ ਸੀ। ਉਹ 13 ਸਾਲ 16000 ਮੀਲ ਮੁਹਿੰਮਾਂ ਲੜਾਈਆਂ ਤੇ ਯੁੱਧ ਜਿੱਤਦਾ ਚਲਾ ਗਿਆ। ਉਹ ਜਿਸ ਇਲਾਕੇ ਨੂੰ ਨਿਹਾਰਦਾ ਸੀ ਉਹਦਾ ਹੋ ਜਾਂਦਾ ਸੀ। ਉਸ ਵੇਲੇ ਦੇ ਬਾਦਸ਼ਾਹ ਹੱਦਾਂ ਸਰਹੱਦਾਂ ਵੇਖਦੇ ਸਨ। ਸਿਕੰਦਰ ਅਸਮਾਨ ਤੇ ਦੂ ਮੀਲ ਵੇਖਦਾ ਸੀ। ਉਸ ਦੀਆਂ ਜਿੱਤਾਂ ਇੰਨੀਆਂ ਵੱਡੀਆਂ ਸਨ ਕਿ ਉਹਨਾਂ ਨੂੰ ਚੇਤਨਾ ਵਿੱਚ ਵਸਾਉਣਾ ਮੁਸ਼ਕਲ ਪ੍ਰਤੀਤ ਹੁੰਦਾ ਹੈ ਸਿਕੰਦਰ ਨੂੰ ਯੂਨਾਨੀ ਸਭਿਅਤਾ ਤੇ ਮਾਨਸਿਕ ਜਿਸ ਦੀਆਂ ਪ੍ਰਾਪਤੀਆਂ ਦਾ ਲਾਭ ਸਾਰੇ ਸੰਸਾਰ ਨੂੰ ਪਹੁੰਚਾਉਣ ਲਈ ਉਹਨੇ ਦੁਨੀਆ ਨੂੰ ਫਤਿਹ ਕਰਨ ਦਾ ਬੀੜਾ ਚੁੱਕਿਆ ਸੀ ਉਹ ਇਸ ਲਈ ਮਹਾਨ ਸੀ ਕਿਉਂਕਿ ਉਹਨੇ ਸੰਸਾਰ ਨੂੰ ਫਤਿਹ ਕਰਨ ਦਾ ਪ੍ਰਣ ਕੀਤਾ ਸੀ ਜਿੰਨਾ ਕਿਸੇ ਦਾ ਮਹਾਨ ਸੁਪਨਾ ਹੁੰਦਾ ਹੈ ਉਨਾ ਹੀ ਮਹਾਨ ਉਹ ਸੁਪਨਾ ਵੇਖਣ ਵਾਲਾ ਬਣ ਜਾਂਦਾ ਹੈ ਸਿਕੰਦਰ ਇਸ ਕਰਕੇ ਵੀ ਮਹਾਨ ਸੀ ਕਿਉਂਕਿ ਉਸ ਵਿੱਚ ਜਵਾਨੀ ਵਾਲੇ ਔਗੁਣ ਨਹੀਂ ਸਨ ਉਹ ਯੋਧਿਆਂ ਵਾਲੇ ਗੁਣਾ ਕਰਕੇ ਹਰਮਨ ਪਿਆਰਾ ਸੀ ਫੌਜ ਦੇ ਪ੍ਰਬੰਧ ਵਿੱਚ ਕੋਈ ਉਹਦੇ ਬਰਾਬਰ ਨਹੀਂ ਸੀ ਉਸ ਵਿੱਚ ਆਪਣੇ ਹਜ਼ਾਰਾਂ ਫੌਜੀ ਮਰਵਾ ਕੇ ਜਿੱਤੀਆਂ ਬਾਦਸ਼ਾਹੀਆਂ ਵਾਪਸ ਮੋੜਨ ਦੀ ਅਮੀਰੀ ਸੀ ਇਨਸਾਨਵਜੋਂ ਸਿਕੰਦਰ ਨਿਆਰਾ ਸੀ ਉਹਨੇ ਵਿਧਵਾ ਮਹਾਰਾਣੀਆਂ ਦਾ ਸਤਕਾਰ ਕੀਤਾ ਤੇ ਹਾਰੇ ਹੋਏ ਮਹਾਰਾਜਿਆਂ ਦੇ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਯੁੱਧ ਦੇ ਮੈਦਾਨ 'ਚ ਕਿਸੇ ਚੋਦੇ ਸਾਹਮਣੇ ਹੋਣ ਦੀ ਯੋਗਤਾ ਨਹੀਂ ਸੀ ਉਹਦੇ ਕਾਰਨਾਮੇ ਭਾਵੇਂ ਮਿਟ ਗਏ ਹਨ ਪਰ ਉਹਦਾ ਨਾਂ ਨਿਰੰਤਰ ਗੂੜਾ ਹੁੰਦਾ ਗਿਆ ਹੈ ਉਸ ਉੱਤੇ ਵਿਸ਼ਵ ਪੱਧਰ ਤੋਂ ਘੱਟ ਦਾ ਕੋਈ ਪੈਮਾਨਾ ਲਾਗੂ ਨਹੀਂ ਹੁੰਦਾ ਸੰਸਾਰ ਵਿੱਚ ਇਸ ਵੇਲੇ 1 ਕਰੋੜ ਨਾਲੋਂ ਵੱਧ ਲੋਕਾਂ ਦਾ ਨਾਂ ਸਿਕੰਦਰ ਹੈ। ਸਿਕੰਦਰ ਦੇ ਹਰ ਬੋਲ ਦੇ ਦੂंगे ਅਰਥ ਸਨ। ਉਹਦੀ ਹਰ ਹਰਕਤ ਚ ਜ਼ਿੰਦਗੀ ਮੌਤ ਦਾ ਨਾਟਕ ਹੁੰਦਾ ਸੀ। ਉਹਦੀਆਂ ਕਈਆਂ ਗੱਲਾਂ ਵਿਸ਼ਵ ਚੇਤਨਾ ਦਾ ਭਾਗ ਬਣ ਗਈਆਂ ਹਨ। ਉਸਨੇ ਕਿਹਾ ਸੀ ਯੂਨਾਨ ਵਿੱਚ ਪ੍ਰਸਿੱਧ ਹੋਣ ਵਾਸਤੇ ਮੈਨੂੰ ਬੜੀਆਂ ਮੁਸੀਬਤਾਂ ਬਰਦਾਸ਼ਤ ਕਰਨੀਆਂ ਪਈਆਂ ਹਨ। ਫੌਜ ਬਾਰੇ ਉਹਦਾ ਕਥਨ ਸੀ ਕਿ ਹਰੇਕ ਫੌਜੀ ਦੇ ਵਿਅਕਤੀਗਤ ਵਿਹਾਰ ਤੇ ਸੁਮੇਤ ਕੀ ਫੌਜ ਦੀ ਕਿਸਮਤ ਟਿਕੀ ਹੁੰਦੀ ਹੈ ਉਹ ਕਹਿਆ ਕਰਦਾ ਸੀ ਜੇ ਅਸਮਾਨ 'ਚ ਦੋ ਸੂਰਜ ਨਹੀਂ ਹੋ ਸਕਦੇ ਧਰਤੀ 'ਤੇ ਦੋ ਬਾਦਸ਼ਾਹ ਕਿਵੇਂ ਹੋ ਸਕਦੇ ਹਨ ਉਹਦਾ ਵਿਚਾਰ ਸੀ ਜੋ ਯਤਨ ਕਰਦਾ ਹੈ ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ ਉਹ ਆਪਣੇ ਪਿਤਾ ਦਾ ਜ਼ਿੰਦਗੀ ਦੇਣ ਲਈ ਧੰਨਵਾਦੀ ਸੀ ਆਪਣੇ ਅਧਿਆਪਕਾਂ ਦਾ ਉਹ ਜ਼ਿੰਦਗੀ ਜਿਉਣੀ ਸਿਖਾਉਣ ਲਈ ਸ਼ੁਕਰਗੁਜ਼ਾਰ ਸੀ ਉਸਨੇ ਮੰਨਿਆ ਮੈਂ ਧਰਤੀਆਂ ਜਿੱਤਦਾ ਰਿਹਾ ਲੋੜ ਗਿਆਨ ਦਾ ਸੰਸਾਰ ਤੇ ਆਪਣੇ ਆਪ ਨੂੰ ਜਿੱਤਣ ਦੀ ਸੀ। ਉਹਨੇ ਭੇਡਾਂ ਦੇ ਆਗੂਆਂ ਵਾਲੀ ਸ਼ੇਰਾਂ ਦੀ ਫੌਜ ਤੋਂ ਡਰ ਨਹੀਂ ਸੀ ਲੱਗਦਾ। ਸ਼ੇਰਾਂ ਦੀ ਅਗਵਾਈ ਵਾਲੀ ਭੇਡਾਂ ਦੀ ਫੌਜ ਤੋਂ ਭੈ ਆਉਂਦਾ ਸੀ। ਉਸ ਅਨੁਸਾਰ ਗਰਮੀ ਤੇ ਸਰਦੀ, ਭੁੱਖ ਤੇ ਪਿਆਸ, ਅੱਖੇਵਾਂ ਤੇ ਥਕਾਵਟ ਬਰਦਾਸ਼ਤ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ। ਸਿਕੰਦਰ ਨਾਲ ਜੁੜੀਆਂ ਸੰਕੜੇ ਕਹਾਣੀਆਂ ਪ੍ਰਸਿੱਧ ਹਨ ਤੇ ਸੰਕੜੇ ਕਹਾਣੀਆਂ ਸਿਕੰਦਰ ਨਾਲ ਜੋੜ ਦਿੱਤੀਆਂ ਗਈਆਂ ਹਨ ਸਿਕੰਦਰ ਨੇ ਸਨਕਵਾਦ ਦੇ ਪਿਤਾ ਡਾਇਓਨੀਸੀਅਸ ਕੋਲ ਜਾ ਕੇ ਕਿਹਾ ਸੀ ਮੈਂ ਬਾਦਸ਼ਾਹ ਹਾਂ ਕੁਝ ਮੰਗੋ ਸਭ ਇੱਛਾਵਾਂ ਤੋਂ ਮੁਕਤ ਕਿਸੇ ਦੀ ਪਰਵਾਹ ਨਾ ਕਰਨ ਵਾਲੇ ਡਾਇਓਨੀਸੀਅਸ ਨੇ ਕਿਹਾ ਸੀ ਪਰੇ ਹਟ ਤੋ ਪਾਉਣ ਦੇ ਇੱਕ ਵਾਰੀ ਸਿਕੰਦਰ ਬਿਮਾਰ ਸੀ ਹਕੀਮ ਨੇ ਜਦੋਂ ਦਵਾਈ ਦਿੱਤੀ ਤਾਂ ਕਿਸੇ ਨੇ ਉਹਨੂੰ ਇੱਕ ਪਰਚੀ ਫੜਾਈ ਜਿਸ ਤੇ ਲਿਖਿਆ ਸੀ ਦਵਾਈ 'ਚ ਜ਼ਹਿਰ ਹੈ। ਸਿਕੰਦਰ ਨੇ ਪਰਚੀ ਹਕੀਮ ਨੂੰ ਫੜਾ ਕੇ ਦਵਾਈ ਖਾ ਲਈ। ਹਕੀਮ ਨੇ ਪੁੱਛਿਆ ਜਦੋਂ ਪਤਾ ਲੱਗਿਆ ਸੀ ਦਵਾਈ 'ਚ ਜ਼ਹਿਰ ਹੈ ਤਾਂ ਤੁਸੀਂ ਦਵਾਈ ਕਿਉਂ ਖਾਧੀ? ਸਿਕੰਦਰ ਨੇ ਕਿਹਾ ਮੈਨੂੰ ਤੇਰੇ ਤੇ ਵਿਸ਼ਵਾਸ ਹੀ ਇੰਨਾ ਸੀ ਕਿ ਜੇ ਤੂੰ ਮੇਰੇ ਸਾਹਮਣੇ ਵੀ ਜ਼ਹਿਰ ਮਲਾਇਆ ਹੁੰਦਾ ਮੈਂ ਤਾਂ ਵੀ ਖਾ ਲੈਣੀ ਸੀ। ਇੱਕ ਰਾਜੇ ਦੇ ਲੜਾਈ 'ਚ ਮਾਰੇ ਜਾਣ ਉਪਰੰਤ ਸਿਕੰਦਰ ਨੇ ਉਹਦੀ ਵਿਧਵਾ ਨਾਲ ਇੰਨਾ ਚੰਗਾ ਵਿਹਾਰ ਕੀਤਾ ਕਿ ਉਹ ਸਵੈ ਇੱਛਾ ਨਾਲ ਸਿਕੰਦਰ ਦੀ ਪਹਿਲੀ ਪਤਨੀ ਬਣੀ ਫਾਰਸ ਅਰਥਾਤ ਈਰਾਨ ਨੂੰ ਜਿੱਤਨ ਨਾਲ ਸਿਕੰਦਰ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਉਹਦਾ ਆਪਣਾ ਸੁਪਨਾ ਏਸ਼ੀਆ ਨੂੰ ਜਿੱਤਣਾ ਸੀ ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿਕੰਦਰ ਨਾਲ ਪੋਰਸਵੰਗ ਲੜਿਆ ਸੀ ਡੇਰੀਅਸ ਨੇ ਸਿਕੰਦਰ ਨੂੰ ਏਸ਼ੀਆ ਆਪਸ ਚੱਦਦਾ ਦਾ ਵੰਡਣ ਦਾ ਸੁਝਾਅ ਦਿੰਦਾ ਡੇਰੀਅਸ ਨੇ ਕਿਹਾ ਜੇ ਮੈਂ ਸਿਕੰਦਰ ਹੁੰਦਾ ਤਾਂ ਇਹ ਵੰਡ ਮੰਨ ਜਾਂਦਾ ਸਿਕੰਦਰ ਨੇ ਕਿਹਾ ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਕੀ ਕਰਾਂ ਮੈਂ ਡੇਰੀਅਸ ਨਹੀਂ ਮੈਂ ਸਿਕੰਦਰ ਹਾਂ ਇੱਕ ਵਾਰੀ ਸਿਕੰਦਰ ਨੇ ਸਭ ਕੁਝ ਵੰਡ ਦਿੱਤਾ ਦੂਸਰੇ ਪੁੱਛੇ ਆਪਣੇ ਲਈ ਕੀ ਰੱਖਿਆ ਤਾਂ ਸਿਕੰਦਰ ਨੇ ਕਿਹਾ ਸੀ ਉਮੀਦ ਸਿਕੰਦਰ ਕੋਲੇ ਇਤਿਹਾਸਕ ਦ੍ਰਿਸ਼ਟੀ ਸੀ ਉਹ ਜਾਣਦਾ ਸੀ ਉਹ ਇਤਿਹਾਸ ਰਚ ਰਿਹਾ ਹੈ ਏਸ਼ੀਆ ਚੋਦਰ ਡੰਕਾ ਵੱਜਦਾ ਸੀ ਉਹਨੇ ਸੰਸਾਰ ਚ 35 ਨਵੇਂ ਸ਼ਹਿਰ ਵਸਾਏ ਤੇ ਹਰ ਖੇਤਰ ਤੇ ਆਪਣਾ ਪ੍ਰਭਾਵ ਛੱਡਿਆ ਸਿਕੰਦਰ ਨੂੰ ਕੱਪੜੇ ਸਜਾਉਣ ਦਾ ਸ਼ੌਕ ਸੀ ਉਹ ਸੋਹਣੇ ਨਵੇਂ ਤੇ ਮਜ਼ਬੂਤ ਹਥਿਆਰਾਂ ਦਾ ਮਤਵਾਲਾ ਸੀ ਉਹ ਚੰਗੇ ਘੋੜਿਆਂ ਦਾ ਪਾਰਖੂ ਸੀ ਜੇਲਮ ਉਹਦੇ ਘੋੜੇ ਦਾ ਨਾਂ ਸੀ ਜਿਹਦੇ ਮਰਨ ਤੇ ਸਿਕੰਦਰ ਨੇ ਭਾਰਤ ਦੇ ਇੱਕ ਦਰਿਆ ਦਾ ਨਾਂ ਜੇਲਮ ਰੱਖ ਦਿੱਤਾ ਸੀ ਜੇਲਮ ਸਿਕੰਦਰ ਤੋਂ ਸਿਵਾਏ ਕਿਸੇ ਨੂੰ ਪਰਵਾਹ ਨਹੀਂ ਸੀ ਕਰਦਾ ਜਦੋਂ ਸਿਕੰਦਰ ਸਵਾਰੀ ਕਰਦਾ ਸੀ ਤਾਂ ਜ਼ੇਲਮ ਤੇ ਸਿਕੰਦਰ ਇੱਕ ਹੋ ਜਾਂਦੇ ਸਨ ਉਸ ਦੇ ਦੋ ਪੱਕੇ ਦੋਸਤ ਸਨ ਹੈਪੇਸਟੀਆਂ ਉਹਦੇ ਬਚਪਨ ਦਾ ਦੋਸਤ ਸੀ ਦੂਜਾ ਦੋਸਤ ਕ੍ਰੇਟਰ ਸੀ ਸਿਕੰਦਰ ਪਿਆਰ ਪਹਿਲੇ ਨੂੰ ਕਰਦਾ ਸੀ ਸਤਕਾਰ ਵਧੇਰੇ ਦੂਜੇ ਦਾ ਕਰਦਾ ਸੀ ਹੈਪੇਸਟੀਆਂ ਤੇ ਸਿਕੰਦਰ ਦਾ ਇੱਕ ਹੀ ਪਹਿਰਾਵਾ ਹੁੰਦਾ ਸੀ ਇੱਕ ਦੇ ਬੋਲ ਦੂਜੇ ਦੇ ਬੋਲ ਸਮਝੇ ਜਾਂਦੇ ਸਨ ਕ੍ਰੇਟਰ ਸਿਕੰਦਰ ਬਾਦਸ਼ਾਹ ਦਾ ਦੋਸਤ ਸੀ ਹੇਪ ਹੇਸਟੀਅਨ ਸਿਕੰਦਰ ਦਾ ਦੋਸਤ ਸੀ। ਕ੍ਰੇਟਸ ਯੂਨਾਨੀ ਲਿਬਾਸ ਪਹਿਨਦਾ ਸੀ। ਸਿਕੰਦਰ ਲਈ ਉਹ ਯੂਨਾਨ ਦੀ ਪਛਾਣ ਤੇ ਆਵਾਜ਼ ਸੀ। ਸਿਕੰਦਰ ਆਪਣੇ ਜੀਵਨ ਚ ਇੱਕ ਵੀ ਲੜਾਈ ਨਹੀਂ ਹਾਰਿਆ। ਜ਼ਮਾਨੇ ਦਾ ਕੋਈ ਅਜਿਹਾ ਹਥਿਆਰ ਨਹੀਂ ਸੀ ਜਿਹਦੇ ਜ਼ਖਮ ਦਾ ਸਿਕੰਦਰ ਦੇ ਸਰੀਰ ਤੇ ਨਿਸ਼ਾਨ ਨਹੀਂ ਸੀ। ਉਸ ਕੋਲ 10000 ਘੋੜਸਵਾਰ ਫੌਜ ਸੀ। ਉਹ ਲੜਾਈ ਨੂੰ ਫੈਸਲਾ ਕੌਣ ਪੜਾ ਤੇ ਲਿਆ ਕੇ ਇਸ ਕੋੜਸਵਾਰ ਫੌਜ ਨੂੰ ਯੁੱਧ ਦੇ ਮੈਦਾਨ 'ਚ ਉਤਾਰਦਾ ਸੀ ਤੇ ਲੜਾਈ ਦਾ ਫੈਸਲਾ ਹੋ ਜਾਂਦਾ ਸੀ। ਐਵੇਂ ਉਹ ਯੁੱਧ ਦੀਆਂ ਵਿਉਂਤਾਂ ਬਣਾਉਣ ਵਿੱਚ ਮਾਹਿਰ ਸੀ। ਉਹ ਯੁੱਧ ਦੇ ਮੈਦਾਨ 'ਚ ਧੀਰਜ ਨਾਲ ਸੋਚ ਸਕਦਾ ਸੀ। ਉਹ ਅਸੰਭਵ ਨੂੰ ਸੰਭਵ ਬਣਾਉਣ 'ਚ ਨਿਪੁੰਨ ਸੀ। ਇੱਕ ਵਾਰੀ ਇੱਕ ਸਿੱਧੀ ਪਹਾੜੀ ਤੇ ਚੜ੍ਹਨ ਲਈ ਉਹਨੇ ਇੱਕ ਫੌਜੀ ਮੰਗਿਆ। 300 ਤੋਂ ਵੱਧ ਫੌਜੀ ਅੱਗੇ ਆਏ ਜਿਨ੍ਹਾਂ ਨੇ ਰਾਤੋਂ ਰਾਤ ਪਹਾੜੀ ਤੇ ਚੜ੍ਹ ਕੇ ਸਿਕੰਦਰ ਦਾ ਜਦੋਂ ਝੰਡਾ ਲਹਿਰਾ ਦਿੱਤਾ। ਤਾਫਵਾ ਫੈਲ ਗਈ ਕਿ ਸਿਕੰਦਰ ਕੋਲ ਉਡਣ ਵਾਲੀ ਪਰਾਂ ਵਾਲੀ ਫੌਜ ਵੀ ਸੀ ਉਹ ਆਪਣੇ ਭਾਸ਼ਣ ਨਾਲ ਹੀ ਜਿੱਤਦਾ ਜਿੱਤ ਦੀ ਨੁਹਾਰ ਨਿਸ਼ਚਿਤ ਕਰ ਦਿਆ ਕਰਦਾ ਸੀ ਉਸ ਤੇ ਹਮਲਾ ਕਰਨ ਤੋਂ ਪਹਿਲਾਂ ਹੀ ਉਹਦੇ ਜਿੱਤਣ ਦੀਆਂ ਖਬਰਾਂ ਫੈਲ ਜਾਂਦੀਆਂ ਸਨ ਹੁਣ ਵੀ ਸੰਸਾਰ 'ਚ ਫੌਜਾਂ ਦੇ ਜਰਨਲ ਉਹਦੀ ਯੁੱਧ ਕਲਾ ਤੇ ਯੁੱਧ ਦੇ ਪੈਂਤੜਿਆਂ ਦਾ ਅਧਿਨਨ ਕਰਦੇ ਹਨ ਉਹ ਜਰਨਲਾਂ ਦਾ ਜਰਨਲ ਸੀ ਪਹਿਲਾਂ ਸਿਕੰਦਰ ਜਿੱਤ ਲਈ ਤੰਗਦਾ ਸੀ ਫਿਰ ਜਿੱਤਾਂ ਸਿਕੰਦਰ ਲਈ ਤੰਗਣ ਲੱਗ ਪਈਆਂ ਸਨ ਸਿਕੰਦਰ ਦਾ ਭੈ ਤੇ ਰੋਬ ਇੰਨਾ ਸੀ ਕਿ ਰਾਜੇ ਉਹਦੀ ਈਨ ਮੰਨਣ ਲਈ ਕਾਲੇ ਪੈ ਜਾਂਦੇ ਸਨ ਕਿਉਂਕਿ ਜਿਸ ਜਿਸ ਨੇ ਉਹਦੀ ਈਨ ਮੰਨੀ ਉਸ ਉਸ ਨੂੰ ਨੇ ਰਾਜਾ ਥਾਪਿਆ ਜਦੋਂ ਚੱਲਿਆ ਸੀ ਯੂਨਾਨ ਦੇ ਸਿਰ ਤੇ ਕਰਜ਼ਾ ਸੀ 50 ਮਹੀਨਿਆਂ ਚ ਸੰਸਾਰ ਦੇ ਖਜ਼ਾਨੇ ਚ ਉਹਦੇ ਹੋਣ ਲਈ ਤਰਲੇ ਲੈ ਰਹੇ ਸਨ ਸੰਸਾਰ ਦੇ ਖਜ਼ਾਨੇ ਉਹਦੇ ਹੋਣ ਲਈ ਤਰਲੇ ਲੈ ਰਹੇ ਸਨ ਸੰਸਾਰ ਚ ਪਹਿਲਾ ਤੇ ਅੰਤਲਾ ਯੋद्धा ਸੀ ਜਿਨੇ ਸੰਸਾਰ ਨੂੰ ਜਿੱਤਣ ਦਾ ਸੁਪਨਾ ਵੇਖਿਆ ਤੇ ਸੁਪਨਾ ਪੂਰਾ ਕਰਨ ਦਾ ਉਪਰਾਲਾ ਵੀ ਕੀਤਾ ਸਿਕੰਦਰ ਦੀ ਜਰਨੈਲੀ ਯੋਗਤਾ ਦੇ ਕਿਸੇ ਸਾਰੇ ਜਗਤ ਵਿੱਚ ਪ੍ਰਸਿੱਧ ਹਨ ਇੱਕ ਵਾਰੀ ਉਹਨੇ ਇੱਕ ਲੜਾਈ ਚ ਪਹਾੜੀ ਰਸਤੇ ਦੇ 400 ਮੀਲ ਦਾ ਸਫ਼ਰ ਪੂਰੇ ਫੌਜੀ ਲਸ਼ਕਰ ਨਾਲ 11 ਦਿਨਾਂ ਚ ਪੂਰਾ ਕੀਤਾ ਉਹਦੀ ਫੌਜੀ ਥਕਾ ਉਸਦੀ ਫੌਜ ਥਕਾਵਟ ਭੁੱਖ ਤੇ ਪਿਆਸ ਨਾਲ ਬਿਹਾਲ ਸੀ ਵਾਪਸ ਮੁੜਨ ਦੀਆਂ ਗੱਲਾਂ ਹੋ ਰਹੀਆਂ ਸਨ ਸਭ ਤੋਂ ਵੱਡੀ ਘਾਟ ਪਾਣੀ ਦੀ ਸੀ ਕੁਝ ਸਿਪਾਈਆਂ ਨੇ ਦੂਰੋਂ ਦਰਿਆ ਤੋਂ ਪਾਣੀ ਦੇ ਕੁਝ ਤੋੜੇ ਲਿਆਂਦੇ ਤੇ ਪਾਣੀ ਦਾ ਪਹਿਲਾ ਪਿਆਲਾ ਸਿਕੰਦਰ ਨੂੰ ਦਿੱਤਾ ਸਾਰੇ ਵੇਖ ਰਹੇ ਸਨ ਸਿਕੰਦਰ ਨੇ ਆਪ ਆਪ ਪੀਣ ਦੀ ਬਜਾਏ ਕਿਹਾ ਅਸੀਂ ਸਾਰੇ ਪਿਆਸੇ ਹਾਂ ਪਹਿਲੇ ਮੇਰੇ ਸਾਥੀ ਪੀਣਗੇ ਜਦੋਂ ਉਹਨਾਂ ਦੀ ਪਿਆਸ बुਝ ਜਾਏਗੀ ਮੇਰੀ ਆਪੇ ਬੁਝ ਜਾਏਗੀ ਸਿਕੰਦਰ ਦੇ ਇਸ ਵਿਹਾਰ ਨੂੰ ਵੇਖ ਕੇ ਵਾਪਸ ਮੁੜਨ ਦੀਆਂ ਗੱਲਾਂ ਕਰਨ ਵਾਲੇ ਸਿਪਾਈ ਹੌਸਲੇ ਚਾਕੇ ਕਹਿਣ ਲੱਗੇ ਤੇਰੇ ਜੇ ਆਗੂ ਹੋਵੇ ਪਿਆਸ ਭੁੱਖ ਕੁਝ ਵੀ ਨਹੀਂ ਚੱਲ ਨਵੀਆਂ ਧਰਤੀਆਂ ਜਿੱਤੀਏ ਤੇ ਨਵਾਂ ਇਤਿਹਾਸ ਸਿਰ ਜੀਏ ਅਸੀਂ ਸਾਰੀ ਦੁਨੀਆ ਜਿੱਤ ਕੇ ਤੇਰੇ ਕਦਮਾਂ 'ਚ ਵਿਛਾ ਦੇਾਂਗੇ ਭਾਰਤ ਵਿੱਚ ਲੜਾਈ ਤੋਂ ਪਹਿਲਾਂ ਸਿਕੰਦਰ ਨੇ ਪੋਰਸ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਆਪਣੇ ਰਾਜ ਦੀਆਂ ਹੱਦਾਂ ਤੇ ਆ ਕੇ ਮਿਲ ਸਵਾਗਤ ਕਰ ਇਨਮਨ ਤੇ ਨਜ਼ਰਾਨਾ ਭੇਟ ਕਰ ਪੋਰਸ ਨੇ ਉੱਤਰ ਭੇਜਿਆ ਮੈਂ ਮਿਲਾਂਗਾ ਜ਼ਰੂਰ ਪਰ ਯੁੱਧ ਦੇ ਮੈਦਾਨ 'ਚ ਤਿਆਰ ਹੋ ਕੇ ਆਉਣਾ ਪਰ ਪੋਰਸ ਹਾਰ ਗਿਆ ਪਰ ਉਹ ਝੁਕਿਆ ਨਹੀਂ ਸੀ ਸਿਕੰਦਰ ਆਪ ਬਹਾਦਰ ਸੀ ਤੇ ਬਹਾਦਰਾ ਹੁੰਦਾ ਕਦਰਦਾਨ ਸੀ ਉਹ ਬਹਾਦਰ ਪੋਰਸ ਦੇ دیدار ਕਰਨੇ ਚਾਹੁੰਦਾ ਸੀ ਉਹਨੇ ਕਈ ਸੁਨੇਹੇ ਭੇਜੇ ਪਰ ਪੋਰਸ ਨੇ ਕੋਈ ਪਰਵਾਹ ਨਾ ਕੀਤੀ ਅੰਤ ਨੂੰ ਸੰਦੇਸ਼ ਭੇਜਿਆ ਇੱਕ ਦੋਸਤ ਦਾ ਸੁਨੇਹਾ ਪੋਰਸ ਆਇਆ ਦੋਵੇਂ ਜ਼ਖਮੀ ਸਨ ਅਮਨ ਸਾਹਮਣੇ ਖਲੋਤੇਆਂ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕੀ ਸੋਚ ਕੇ ਮੇਰੇ ਵਿਰੁੱਧ ਡਟਿਆ ਸੀ ਤੂੰ ਤੈਨੂੰ ਪਤਾ ਸੀ ਕਿ ਮੈਂ ਸ਼ਰਨ ਆਇਆਂ ਨੂੰ ਮਾਫ ਕਰਨ ਲਈ ਪ੍ਰਸਿੱਧ ਹਾਂ ਪੋਰਸ ਨੇ ਕਿਹਾ ਮੈਨੂੰ ਆਪਣੇ ਆਪ ਤੇ ਆਪਣੀ ਬਹਾਦਰੀ ਤੇ ਮਾਣ ਸੀ ਮੈਂ ਸੋਚਿਆ ਕਰਦਾ ਸਾਂ ਕਿ ਮੈਂ ਸਭ ਤੋਂ ਵੱਧ ਬਹਾਦਰ ਹਾਂ ਇਸ ਲੜਾਈ 'ਚ ਮੈਂ ਆਪਣੀ ਬਹਾਦਰੀ ਤੇਰੀ ਬਹਾਦਰੀ ਨਾਲ ਮਾਪੀ ਹੈ ਮੈਂ ਮੰਨਦਾ ਕਿ ਤੂੰ ਮੇਰੇ ਨਾਲੋਂ ਵੀ ਬਹਾਦਰ ਹੈ ਪਰ ਤੂੰ ਵੀ ਮੰਨ ਕਿ ਮੈਂ ਵੀ ਬਹਾਦਰ ਹਾਂ ਅੰਤ ਨੂੰ ਜਦੋਂ ਸਿਕੰਦਰ ਨੇ ਪੁੱਛਿਆ ਤੇਰੇ ਨਾਲ ਕੀ سلوਕ ਕੀਤਾ ਜਾਏ ਤਾਂ ਪੋਰਸ ਨੇ ਮਾਣ ਨਾਲ ਕਿਹਾ ਸੀ ਜੋ ਇੱਕ ਬਾਦਸ਼ਾਹ ਵੱਲੋਂ ਦੂਜੇ ਬਾਦਸ਼ਾਹ ਨਾਲ ਕੀਤਾ ਜਾਣਾ ਚਾਹੀਦਾ ਹੈ ਇਹ ਸੁਣ ਕੇ ਸਿਕੰਦਰ ਪ੍ਰਸੰਨ ਹੋਇਆ ਸੀ ਸਿਕੰਦਰ ਨੇ ਦੂਜਾ ਪ੍ਰਸ਼ਨ ਪੁੱਛਿਆ ਸੀ ਦਸ ਤੈਨੂੰ ਕੀ ਚਾਹੀਦਾ ਪੋਰਸ ਨੇ ਕਿਹਾ ਸਿਕੰਦਰ ਤੇਰੇ ਪਹਿਲੇ ਸਵਾਲ ਦੇ ਜਵਾਬ 'ਚ ਮੈਂ ਜੋ ਕਿਹਾ ਉਸ 'ਚ ਸਭ ਵੇਰਵੇ ਸ਼ਾਮਲ ਹਨ ਪਹਿਲੇ ਸਵਾਲ ਦੇ ਜਵਾਬ ਤੋਂ ਪ੍ਰਸੰਨ ਹੋ ਕੇ ਸਿਕੰਦਰ ਨੇ ਪੋਰਸ ਤੇ ਨਿਹਾਲ ਹੋ ਕੇ ਸਿਕੰਦਰ ਨੇ ਪੋਰਸ ਦੇ ਬਾਦਸ਼ਾਹੀ ਜੋਰ ਇਲਾਕੇ ਜੋੜ ਕੇ ਉਹਦੇ ਰਾਜ ਨੂੰ ਵਿਸ਼ਾਲ ਕਰ ਦਿੱਤਾ ਸੀ ਸਿਕੰਦਰ ਹੈ ਤਾਂ ਹਮਲਾਵਰੀ ਸੀ ਪਰ ਪੋਰਸ ਨਾਲ ਚੰਗਾ ਵਿਹਾਰ ਕਰਨ ਕਰਕੇ ਉਹਨੇ ਭਾਰਤੀਆਂ ਦੇ ਦਿਲ ਜਿੱਤ ਲਏ ਸਿਕੰਦਰ ਨੇ ਕੇਵਲ ਭਾਰਤ ਦੇ ਪੋਰਸ ਨਾਲ ਹੀ ਚੰਗਾ ਸਲੂਕ ਨਹੀਂ ਸੀ ਕੀਤਾ ਉਨੇ ਹਰ ਬਾਦਸ਼ਾ ਨਾਲ ਚੰਗਾ ਸਲੂਕ ਕੀਤਾ ਸੀ ਕਿਉਂਕਿ ਨੇ ਵਾਪਸ ਵੀ ਜਾਣਾ ਸੀ ਇਸ ਲਈ ਆਪਣੀ ਜਿੱਤਾਂ ਨੂੰ ਸਦ ਭਾਵਨਾ ਦੇ ਰੰਗ ਚ ਰੰਗਦਾ ਚਲਾ ਗਿਆ ਇਹ ਹੀ ਕਾਰਨ ਹੈ ਕਿ ਵਿਸ਼ਵ ਭਰ ਸਿਕੰਦਰ ਬਾਰੇ ਹਰੇਕ ਗੱਲ ਪ੍ਰਸ਼ੰਸਾਮਈ ਮੁਹਾਵਰੇ ਚ ਕੀਤੀ ਜਾਂਦੀ ਹੈ ਹਮਲਾਵਰ ਹੋਣ ਤੇ ਵੀ ਸਤਕਾਰ ਜਿੱਤਣਾ ਕੇਵਲ ਸਿਕੰਦਰ ਜਾਣਦਾ ਸੀ ਸਿਕੰਦਰ ਨੇ ਸਾਬਤ ਕੀਤਾ ਸੀ ਕਿ ਯੁੱਧ ਜਿੱਤਣ ਤੋਂ ਬਿਨਾ ਬਾਦਸ਼ਾਹियां ਨਹੀਂ ਉصرਦੀਆਂ ਤੇ ਬਾਦਸ਼ਾਹੀਆਂ ਤੋਂ ਬਿਨਾ ਸੱਭਿਆਚਾਰਾਂ ਦਾ ਪ੍ਰਭਾਵ ਨਹੀਂ ਪੈਂਦਾ। ਸੁਤੰਤਰਤਾ ਉਪਰੰਤ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਧਾਕ੍ਰਿਸ਼ਨਨ ਨੇ ਯੂਨਾਨ ਦੇ ਬਾਦਸ਼ਾਹ ਦਾ ਭਾਰਤ ਯਾਤਰਾ ਤੇ ਪਹੁੰਚਣ ਸਮੇਂ ਸਵਾਗਤ ਕਰਦਿਆਂ ਕਿਹਾ ਸੀ ਸਾਡੇ ਤੁਹਾਡੇ ਨਾਲ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਤੁਸੀਂ ਯੂਨਾਨ ਦੇ ਪਹਿਲੇ ਬਾਦਸ਼ਾਹ ਜਿਹੜੇ ਸਾਡੇ ਸੱਦੇ ਤੇ ਆਏ ਹੋ ਤੁਹਾਡਾ ਸਿਕੰਦਰ 2.5 ਹਜ਼ਾਰ ਸਾਲ ਪਹਿਲਾਂ ਬਿਨ ਬੁਲਾਏ ਆਇਆ ਸੀ। ਸਿਕੰਦਰ ਨੇ ਸਾਰੇ ਸਮਝੌਤੇ ਪਾਲੇ ਸਾਰੇ ਵਾਅਦੇ ਨਿਭਾਏ ਉਹ ਦੇਣ ਚ ਮਹਾਨ ਸੀ ਮਾਫ ਕਰਨ ਚ ਲਾਸਾ ਨਹੀਂ ਸੀ ਉਹ ਇੰਨਾ ਹਿੰਮਤੀ ਸੀ ਕਿ ਉਹ ਕਦੇ ਹੋਇਆ ਹੀ ਨਹੀਂ ਸੀ ਕਿ ਸਿਕੰਦਰ ਆਪ ਖਲੋਤਾ ਰਹੇ ਤੇ ਬਹਾਦਰੀ ਕੋਈ ਹੋਰ ਵੀ ਖਾ ਜਾਏ ਉਹ ਆਪਣੀ ਗਲਤੀ ਝੱਟ ਮੰਨ ਲੈਂਦਾ ਸੀ ਗਲਤੀ ਤੋਂ ਸਬਕ ਸਿੱਖਦਾ ਸੀ ਅਤੀਤ ਦੀ ਥਾਂ ਉਹ ਭਵਿੱਖ ਵੱਲ ਵੇਖਦਾ ਸੀ ਉਸ ਕੋਲ ਪਛਤਾਵਿਆਂ ਲਈ ਵਕਤ ਹੀ ਨਹੀਂ ਸੀ ਇਹ ਉਦੋਂ ਹੀ ਉਦਾਸ ਹੁੰਦਾ ਸੀ ਜਦੋਂ ਯੁੱਧ ਦੇ ਮੈਦਾਨ ਚੋਂ ਦਾ ਕੋਈ ਬਹਾਦਰ ਜਰਨੈਲ ਜਾਂ ਨਮੂਨੇ ਦਾ ਸਪਾਈ ਵਿਛੜਦਾ ਸੀ ਉਸ ਵਿੱਚ ਮਹਾਨ ਵਿਅਕਤੀਆਂ ਵਾਲੇ ਸਧਾਰਨ ਦੋਸ਼ ਵੀ ਸਨ ਉਹ ਕਾਲਾ ਸੀ ਤੈਸਾ ਜਾਂਦਾ ਸੀ ਚਾਪਲੂ ਸਾਨੂੰ ਪਰਮਾ ਲੈਂਦੇ ਸਨ ਉਹਦੇ ਕਈ ਨੁਕਸ ਜੱਦੀ ਸਨ ਕੁਝ ਜਵਾਨੀ ਨਾਲ ਸੰਬੰਧਤ ਸਨ ਸੰਸਾਰ ਦੇ ਬਾਦਸ਼ਾਹਾਂ ਸਭ ਤੋਂ ਘੱਟ ਦੋਸ਼ ਸਿਕੰਦਰ ਦੇ ਚਰਿੱਤਰ ਤੇ ਲੱਗਦੇ ਹਨ ਉਹ ਕਿਹਾ ਕਰਦਾ ਸੀ ਕਿ ਬਾਦਸ਼ਾਹ ਚ ਵਸਤਰਾਂ ਤੇ ਗਹਿਣਿਆਂ ਦੀ ਨਹੀਂ ਚਰਿੱਤਰ ਦੀ ਚਮਕ ਹੋਣੀ ਚਾਹੀਦੀ ਹੈ ਸਿਕੰਦਰ ਆਪਣੇ ਮਾਂ ਦਾ ਸਤਿਕਾਰ ਕਰਦਾ ਸੀ ਤੇ ਆਪਣੀਆਂ ਮੁਹਿਮਾਂ ਵਾਲੀ ਬਾਰੇ ਮਾਂ ਨੂੰ ਲਿਖਦਾ ਰਹਿੰਦਾ ਸੀ ਤੇ ਮਾਂ ਦੇ ਖੱਤ ਪ੍ਰਾਪਤ ਕਰਦਾ ਰਹਿੰਦਾ ਸੀ ਏਸ਼ੀਆ ਦੀ ਮੁਹਿਮ ਫਤੇ ਕਰਕੇ ਉਹ ਮਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਉਸ ਦੀ ਇਹ ਖਾਹਿਸ਼ ਪੂਰੀ ਨਾ ਹੋਈ ਸਭ ਤੋਂ ਵੱਧ ਅਧੂਰੀਆਂ ਖਾਸ਼ਾਂ ਬਾਦਸ਼ਾਹਾਂ ਦੀਆਂ ਪੂਰੀਆਂ ਹੁੰਦੀਆਂ ਹਨ ਖਾਹਿਸ਼ਾਂ ਬਾਦਸ਼ਾਹਾਂ ਨੂੰ ਖੂਬ ਪਟਕਾਉਂਦੀਆਂ ਹਨ ਸਿਕੰਦਰ ਦੀ ਸਿਕੰਦਰ ਵੀ ਪਟਕੇ ਆ ਮਲੇਰੀਏ ਨਾਲ ਪੀੜਤ ਸਿਕੰਦਰ ਪੂਰੇ ਹੋਸ਼ੋਂ ਹੋ ਵਾਸਟ ਮਰਿਆ 32 ਸਾਲ ਦੀ ਉਮਰ ਚ ਸਿਕੰਦਰ ਮਰ ਵੀ ਗਿਆ ਸੀ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਤਾਂ ਉਹਨੇ ਲਿਖ ਕੇ ਕਿਹਾ ਕਿ ਉਹਦੇ ਮਰਨ ਤੇ ਤਿੰਨ ਕੰਮ ਕੀਤੇ ਜਾਣ ਪਹਿਲਾ ਮੇਰੀ ਅਰਥੀ ਮੇਰੇ ਹਕੀਮ ਚੁਪਕੇ ਲੈ ਕੇ ਜਾਣ ਤਾਂ ਕਿ ਸੰਸਾਰ ਜਾਣ ਜਾਏ ਕਿ ਮੌਤ ਤੋਂ ਕੋਈ ਨਹੀਂ ਬਚਿਆ ਕੋਈ ਨਹੀਂ ਬਚਾ ਸਕਦਾ ਦੂਜਾ ਕਬਰਿਸਤਾਨ ਤੱਕ ਦੇ ਰਸਤੇ ਉੱਤੇ ਮੇਰੇ ਖਜ਼ਾਨਿਆਂ ਵਿੱਚ ਪਈ ਹੀਰੇ ਮੋਤੀ ਖਿਲਾਰੇ ਜਾਣ ਤਾਂ ਕਿ ਹਰ ਕੋਈ ਜਾਣ ਜਾਏ ਕਿ ਸਭ ਦੌਲਤਾਂ ਤੇ ਸਾਰੇ ਖਜ਼ਾਨੇ ਇੱਥੇ ਰਹਿ ਜਾਣਗੇ ਤੀਜਾ ਮੇਰੀ ਅਰਥੀ ਜੋ ਮੇਰੇ ਹੱਥ ਬਾਰ ਕੱਢ ਕੇ ਰੱਖੇ ਜਾਣ ਤਾਂ ਕਿ ਮੈਂ ਸੰਸਾਰ ਨੂੰ ਦੱਸ ਸਕਾਂ ਜਿਸ ਨੇ ਦੁਨੀਆਂ ਜਿੱਤ ਲਈ ਸੀ ਦੁਨੀਆਂ ਤੋਂ ਜਾਣ ਵੇਲੇ ਉਹਦੇ ਦੋਵੇਂ ਹੱਥ ਖਾਲੀ ਸਨ ਸਿਕੰਦਰ ਨੂੰ ਭਾਰਤ ਦੀ ਰੋਹਾਨੀਅਤ ਨੇ ਵੰਗਾ ਰਿਆ ਸੀ ਇਕ ਨਾਗੇ ਫਕੀਰ ਨੇ ਸਿਕੰਦਰ ਨੂੰ ਕਿਹਾ ਸੀ ਤੂੰ ਸਾਡੇ ਵਾਂਗ ਇੱਕ ਸਧਾਰਨ ਬੰਦਾ ਹੈ ਪਰ ਤੂੰ ਘਰ-ਬਾਰ ਤਿਆਗ ਕੇ ਦੂਰ ਦੁਰਾਡੀਆਂ ਧਰਤੀਆਂ ਤੇ ਆਪ ਦੁਖੀ ਹੋਣ ਤੇ ਹੋਰਾਂ ਨੂੰ ਦੁਖੀ ਕਰਨ ਲਈ ਆਇਆ ਹੈ ਆਪਣੇ ਜੀਵਨ ਦੇ ਅੰਤਲੇ ਦਿਨਾਂ 'ਚ ਸਿਕੰਦਰ ਦਾਰਸ਼ਨਿਕ ਹੋ ਗਿਆ ਸੀ ਸਿਕੰਦਰ ਲਈ ਹਰੇਕ ਦਿਨ ਇੱਕ ਨਵੀਂ ਮੁਹਿਮ ਹੋਇਆ ਕਰਦਾ ਸੀ ਉਹ ਦਰਿਆ ਵਾਂਗ ਖੁੱਲਾ ਸੀ ਪਹਾੜ ਵਾਂਗ ਵਿਸ਼ਾਲ ਮੈਦਾਨ ਵਾਂਗ ਸਰਲ ਅਸਮਾਨ ਵਾਂਗ ਉੱਚਾ ਤੇ ਸਮੁੰਦਰ ਵਾਂਗ ਭਰਿਆ ਹੋਇਆ ਸੀ ਉਸ ਦਾ ਸੁਪਨਾ ਇੱਕ ਵਿਸ਼ਵ ਸਭਿਅਤਾ ਉਸਾਰਨ ਦਾ ਸੀ ਪਰ ਉਸ ਕੋਲ ਆਪਣੇ ਇਰਾਦਿਆਂ ਨੂੰ ਸਾਕਾਰ ਕਰਨ ਤੇ ਪੱਖੋਂ ਬਹੁਤਾ ਵਕਤ ਨਹੀਂ ਸੀ ਕਿਉਂਕਿ ਜ਼ਿੰਦਗੀ ਨੇ ਵਫਾ ਨਹੀਂ ਸੀ ਕੀਤੀ ਉਸ ਕੋਲ ਸਾਥ ਛੁੱਟ ਗਏ ਸਨ ਜਿਸ ਨੇ ਕਦੇ ਹਾਰ ਸ਼ਬਦ ਨਹੀਂ ਸੀ ਸੁਣਿਆ ਉਹਨੂੰ ਮੌਤ ਨੇ ਜਿੱਤ ਲਿਆ ਸੀ ਉਹ ਅੱਜ ਵੀ ਪ੍ਰੇਰਣਾ ਦਾ ਸਰੋਤ ਹੈ ਹਿੰਮਤ ਤੇ ਲਗਨ ਦਾ ਵਗਦਾ ਦਰਿਆ ਹੈ ਉਹ ਹਾਰਿਆਂ ਦਾ ਹੌਸਲਾ ਉਹ ਨਿਆਸਰਿਆਂ ਨਪੱਤਿਆਂ ਤੇ ਪਛੜਿਆਂ ਲਈ ਜਿੱਤ ਦਾ ਪਰਚਮ ਹੈ ਉਹ ਦੇਸ਼ੀਣਾ ਲਈ ਵੰਗਾਰ ਹੈ ਉਹ ਵੱਡੇ ਤੇ ਉੱਚੇ ਸੁਪਨਿਆਂ ਦਾ ਅੰਬਾਰ ਹੈ ਉਹ ਆਸ ਉਮੀਦ ਦਾ ਚਾਨਣਮੁਨਾਰਾ ਹੈ ਉਹ ਵਿਸ਼ਵ ਇਤਿਹਾਸ ਦਾ ਪਹਿਲਾ ਮਹਾਨ ਨਾਇਕ ਹੈ ਸੰਸਾਰ 'ਚ ਸਿਕੰਦਰ ਇੱਕ ਹੀ ਹੋਇਆ ਹੈ ਸੰਸਾਰ ਲਈ ਇੱਕ ਹੀ ਸਿਕੰਦਰ ਕਾਫੀ ਹੈ ਧੰਨਵਾਦ